ਪੰਜਾਬੀ ਦੇ ਉੱਗੇ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਤੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਸੁਹਜਦੀਪ ਬਰਾੜ ਨੂੰ ਅੰਤਿਮ ਵਿਦਾਈ ਦੇ ਦਿੱਤੀ ਗਈ। ਬਠਿੰਡਾ ਦੇ ਦਾਣਾ ਮੰਡੀ ਵਿੱਚ ਸੁਹਜ ਬਰਾੜ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੁਹਜ ਨੇ ਮੰਗਲਵਾਰ ਨੂੰ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਅੱਜ ਸੁਹਜ ਦੀ ਅਰਥੀ ਨੂੰ ਗੁਰਵਿੰਦਰ ਬਰਾੜ ਤੇ ਉਹਨਾਂ ਦੇ ਪੁੱਤਰ ਨੇ ਮੋਢਾ ਦਿੱਤਾ ਤਾਂ ਮਾਹੌਲ ਹੋਰ ਵੀ ਗਮਕੀਨ ਹੋ ਗਿਆ। ਸੁਹਜ ਦੀ ਬੇਟੀ, ਬੇਟੇ ਤੇ ਪਤੀ ਗੁਰਵਿੰਦਰ ਬਰਾੜ ਨੇ ਚਿਤਾ ਨੂੰ ਅਗਨੀ ਦਿੱਤੀ। ਹੱਸਦੇ ਖੇਡਦੇ ਜੀਵਨ ਨੂੰ ਅਲਵਿਦਾ ਕਹਿ ਕੇ ਤੁਰ ਗਈ ਸੁਹਜ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪਰਿਵਾਰ ਸਮੇਤ ਕਲਾ, ਸਾਹਿਤ ਤੇ ਗਾਇਕੀ ਦੇ ਖੇਤਰ ਦੀਆਂ ਕਈ ਹਸਤੀਆਂ ਨੇ ਸੁਹਜ ਨੂੰ ਸੇਜਲ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ। ਸੁਹਜ ਇੱਕ ਨਾਂ ਹੀ ਨਹੀਂ ਸੀ, ਉਹਦੇ 'ਚ ਜਿਹੜਾ ਸੰਜਮ ਸੀ, ਜਿਹੜੇ ਸੋਚ ਸੀ, ਵਾਕਈ ਉਹਦੇ ਨਾਮ ਦੇ ਨਾਲ ਜੁੜਿਆ ਹੋਇਆ ਸੀ। ਇੰਨੀ ਡਾਊਨ ਟੂ ਅਰਥ ਔਰ ਹਰ ਸਮੇਂ ਹੱਸਣ ਵਾਲੀ ਇਹ ਕੁੜੀ ਸਾਨੂੰ ਛੱਡ ਕੇ ਚਲੀ ਗਈ। ਮੇਰੀ ਭੈਣ, ਮੇਰਾ ਮਨ ਕੱਲ੍ਹ ਰਾਤ ਮੈਂ ਸੁੱਤਾ ਨਹੀਂ ਸਾਰੀ ਰਾਤ, ਮੈਨੂੰ ਸਮਝ ਤੋਂ ਬਾਹਰ ਇਹਨੇ ਕਿਉਂ ਕੀਤਾ। ਪਰਿਵਾਰ ਦੀ ਇੱਕ ਉਹ ਕੁੜੀ ਚਲੀ ਗਈ ਜਿਹੜੀ ਕਿ ਆਪ ਵੀ ਬਹੁਤ ਵਧੀਆ ਕਲਾਕਾਰ ਸੀ ਅਤੇ ਅਜਮੇਰ ਔਲਖ ਦੇ ਨਾਟਕਾਂ ਵਿੱਚ ਉਸਨੇ ਬਹੁਤ ਅੱਛੀ ਭੂਮਿਕਾ ਨਿਭਾਈ ਸੀ ਅਤੇ ਉਹ ਦੋ ਫਿਲਮਾਂ ਦੇ ਵਿੱਚ ਵੀ ਆਪਣੀ ਪਤੀ ਦੇ ਨਾਲ ਭੂਮਿਕਾ ਨਿਭਾ ਚੁੱਕੀ ਸੀ। ਸਾਰੇ ਹੀ ਥੀਏਟਰ ਦੇ ਕਲਾਕਾਰਾਂ ਨੂੰ, ਸਾਰੇ ਲੰਗ ਮੰਚ ਨੂੰ ਅਤੇ ਜਮਹੂਰੀਅਤ ਘਰ ਸਭਾ ਨੂੰ ਬਹੁਤ ਹੀ ਇੱਕ ਸਦਮਾ ਪਹੁੰਚਿਆ ਹੈਗਾ। ਖੁਸ਼ਗਵਾਰ ਇੱਕ ਜ਼ਿੰਦਗੀ ਉਹ ਜਿਉਂ ਰਹੇ ਸੀ, ਉਹਦੇ ਵਿੱਚ ਇਸ ਕਿਸਮ ਦਾ ਜਿਹੜਾ ਸਦਮਾ ਉਹ ਬਹੁਤ ਹੀ ਅਕਹਿ ਆ। ਗੁਰਵਿੰਦਰ ਬਰਾੜ ਸਾਡਾ ਭਰਾ ਹੈ, ਮਾਨਸਾਲਾ ਪਰਿਵਾਰ ਵੀ, ਔਲਖ ਸਾਹਿਬ ਦਾ ਪਰਿਵਾਰ ਵੀ ਸਾਡਾ ਪਰਿਵਾਰ ਹੈ। ਮੈਂ ਜਾਤੀ ਤੌਰ 'ਤੇ ਆਪਣੀਆਂ ਸਾਰੀਆਂ ਸੰਵੇਦਨਾਵਾਂ ਦੇ ਨਾਲ ਦੋਹਾਂ ਹੀ ਪਰਿਵਾਰਾਂ ਦੇ ਨਾਲ ਖੜਾ। ਸੁਹਜ ਦੀ ਖੁਦਕੁਸ਼ੀ ਦਾ ਕਾਰਨ ਪਿਤਾ ਦੀ ਯਾਦ ਦੱਸਿਆ ਜਾ ਰਿਹਾ ਹੈ। 15 ਜੂਨ 2017 ਨੂੰ ਕੈਂਸਰ ਦੀ ਬਿਮਾਰੀ ਨਾਲ ਪਿਤਾ ਅਜਮੇਰ ਔਲਖ ਦੀ ਮੌਤ ਤੋਂ ਬਾਅਦ ਸੁਹਜ ਲਗਾਤਾਰ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ। ਕੱਲ ਯਾਦਾਂ ਔਲਖ ਦੀਆਂ ਪ੍ਰੋਗਰਾਮ ਸੀਗਾ ਮਾਨਸਾ ਥੀਏਟਰ ਦੇ ਵਿੱਚ, ਉਹਦਾ ਕਰਕੇ ਗੁਰਵਿੰਦਰ ਸਿੰਘ ਬਰਾੜ ਦੇ ਹਸਬੈਂਡ ਉੱਥੇ ਮੌਕੇ 'ਤੇ ਚਲੇ ਗਏ ਸੀਗੇ ਜੀ, ਉਹਦੇ ਵਿੱਚ ਭਾਗ ਲੈਣ ਲਈ, ਅਤੇ ਇਹ ਇਕੱਲੀ ਸੀਗੀ ਬਾਅਦ 'ਚ ਨੇ ਪਿਤਾ ਦੀ ਮੌਤ ਕਾਰਨ ਹੀ ਸਦਮਾ ਨਹੀਂ ਸਹਿ ਸਕੀ ਅਤੇ ਉਹਦੇ ਕਾਰਨ ਹੀ ਨੇ ਸੁਸਾਈਡ ਕੀਤਾ। ਸੁਹਜ ਬਚਪਨ ਤੋਂ ਹੀ ਆਪਣੇ ਪਿਤਾ ਅਜਮੇਰ ਔਲਖ ਦੇ ਜ਼ਰੀਏ ਰੰਗ ਮੰਚ ਨਾਲ ਜੁੜੀ ਹੋਈ ਸੀ। ਬਤੌਰ ਅਦਾਕਾਰਾ ਉਸਨੇ ਕਈ ਨਾਟਕ ਤੇ ਫਿਲਮਾਂ ਵਿੱਚ ਵੀ ਕੰਮ ਕੀਤਾ।